ਰਾਤ ਨੂੰ ਕੋਲਡ ਸਟੋਰ 'ਚ ਵੜੇ 40 ਲੁਟੇਰੇ, ਅੰਦਰੋਂ ਕੱਢ ਕੇ ਲੈ ਗਏ 2 ਕਰੋੜ ਦਾ ਸਮਾਨ। ਦੱਸ ਦਈਏ ਕਿ ਇੱਕ ਕੋਲਡ ਸਟੋਰ ਦੇ ਵਿੱਚ ਵੱਡੀ ਲੁੱਟ ਦੀ ਵਾਰਦਾਤ ਹੋਈ ਹੈ, ਜਿੱਥੇ ਅੰਦਰ ਵੜ ਕੇ 35 ਤੋਂ 40 ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਅੰਦਰ ਪਏ ਕਰੋੜਾਂ ਦੇ ਸਮਾਨ ਦੀ ਲੁੱਟ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਰਾਤ ਨੂੰ ਲੁਟੇਰਿਆਂ ਨੇ ਇੱਕ ਕੋਲਡ ਸਟੋਰ ਨੂੰ ਨਿਸ਼ਾਨਾ ਬਣਾਇਆ ਅਤੇ 35 ਤੋਂ 40 ਲੁਟੇਰੇ, ਜਿਨ੍ਹਾਂ ਦੇ ਕੋਲ ਮਾਰੂ ਹਥਿਆਰ ਜਿਸਦੇ ਵਿੱਚ ਪਿਸਤੌਲ ਵੀ ਸੀ, ਤਾਂ ਅੰਦਰ ਵੜਦੇ ਨੇ ਤਾਂ ਪਹਿਲਾਂ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇਹਨਾਂ ਦੇ ਵੱਲੋਂ ਬੰਦੀ ਬਣਾਇਆ ਜਾਂਦਾ, ਜਿਸ ਤੋਂ ਬਾਅਦ ਇਹ ਸਟੋਰ 'ਚ ਮੌਜੂਦ 2 ਕਰੋੜ ਰੁਪਏ ਦਾ ਸਮਾਨ ਟਰੱਕ ਅਤੇ ਇੱਕ ਮਹਿੰਦਰਾ ਪਿਕਅਪ ਦੇ ਵਿੱਚ ਭਰ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਇਸ ਸੰਬੰਧੀ ਮਾਲਕ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਕਾਜੂ, ਇਲਾਇਚੀ, ਅੰਜੀਰ, ਸੋਗੀ, ਕਾਲੇ ਛੋਲੇ ਵਰਗੇ ਮਹਿੰਗੇ ਸਮਾਨ ਦੀ ਲੁੱਟ ਕੀਤੀ ਗਈ ਹੈ, ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਲੁੱਟ ਦੀ ਸਾਰੀ ਜਾਣਕਾਰੀ ਦਿੱਤੀ। ਤਾਂ ਪੁਲਿਸ ਦੇ ਵੱਲੋਂ ਵੀ ਲਗਾਤਾਰ CCTV ਕੈਮਰੇ ਖੰਗਾਲੇ ਜਾ ਰਹੇ ਨੇ ਅਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਰਾਤ ਦੇ ਸਮੇਂ ਇਹਨਾਂ ਲੁਟੇਰਿਆਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਦੱਸ ਦਈਏ ਕਿ ਇੱਕ ਕੋਲਡ ਸਟੋਰ ਦੇ ਵਿੱਚ ਵੜੇ ਸੀ, ਜਿੱਥੇ ਅੰਦਰ ਪਏ ਕਰੀਬ 2 ਕਰੋੜ ਰੁਪਏ ਦੇ ਸਮਾਨ ਦੀ ਇਹਨਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ। ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ? 8-10 ਸਾਲ ਹੋ ਗਏ। ਤੇ ਕੀ ਘਟਨਾ ਵਾਪਰੀ ਰਾਤੀ? ਰਾਤੀ ਜੀ 2:30 ਵਜੇ ਦੇ ਵਿੱਚ 2 ਵਜੇ ਦੇ ਵਿੱਚ ਬੰਦੇ ਆਏ ਅਤੇ ਹਥਿਆਰ ਉਹਨਾਂ ਕੋਲ ਅਤੇ ਉਹਨਾਂ ਆਣ ਕੇ ਮਾਰਨ ਦੀ ਕੀਤੀ ਆ। ਕਿੰਨੇ ਉਸ ਉੱਤੇ ਰੱਖ ਲਿਆ, ਕਿੰਨੇ ਕਿੱਥੇ ਰੱਖ ਲਿਆ ਅਤੇ ਬੰਨ ਦਾ ਸਾਨੂੰ ਸਾਰਿਆਂ ਨੂੰ 6-7 ਜਾਣਿਆਂ ਨੂੰ। 6-7 ਜਾਣਿਆਂ ਨੂੰ ਬੰਦ ਕਮਰੇ 'ਚ ਤੁਸੀਂ ਨਾ ਇੱਥੇ ਆ ਜੀ ਓਪਨ ਦੇ ਵਿੱਚ? ਹਾਂਜੀ, ਸਾਨੂੰ ਉਹ ਕਮਰੇ 'ਚ ਬੰਨ ਕਰਤਿਆ। ਅਤੇ ਆਏ ਕਿਸ ਚੀਜ਼ ਦੇ ਉੱਪਰ? ਆਏ ਜੀ ਪਹਿਲਾਂ ਤਾਂ ਉਤਰਾਂ ਹੀ ਆਇਆ, ਪੌੜੀ ਲੱਗੀ ਪਿੱਛੇ ਅਤੇ ਫਿਰ ਉਹ ਗੱਡੀ 'ਤੇ ਵੀ ਆਏ। ਹਾਂ, ਕਿੰਨਾ ਮਟੀਰੀਅਲ ਲੈ ਕੇ ਚੁੱਕੇ? ਬੜਾ ਲੈ ਗਿਆ ਜੀ, ਬਹੁਤ ਜ਼ਿਆਦਾ। ਤੁਸੀਂ CCTV ਕੈਮਰੇ ਲੱਗੇ ਸੀ? ਹਾਂਜੀ ਲੱਗੇ, ਉਹ ਵੀ ਚੁੱਕੇ ਲੱਗੇ CCTV ਕੈਮਰੇ। ਹਾਂਜੀ ਮਾਰਿਆ ਮੁੜਿਆ ਤਾਂ ਨਹੀਂ? ਮਾਰਿਆ ਜੀ, ਮੈਨੂੰ ਮਾਰਿਆ ਬੰਦੇ ਨੂੰ ਮਾਰਿਆ। ਅਤੇ ਮਹਿੰਗਾ ਸਮਾਨ ਕਿਹੜਾ ਖੜਾ? ਕਾਜੂ ਜੀ ਸਭ ਤੋਂ ਜਿਹੜਾ ਮਹਿੰਗਾ। ਹਾਂਜੀ, ਕਾਲੀ ਮਿਰਚ ਹੋ ਗਈ। ਸਮਾਂ ਕਿੰਨੇ ਵਜੇ ਦਾ ਸੀ? ਸਮਾਂ ਹੈਗਾ ਸੀ 2 ਤੋਂ 1:30 ਵਜੇ ਤੱਕ। ਕਿੰਨੇ ਵਜੇ ਤੱਕ ਉਹ ਇੱਥੇ ਰਹੇ? ਉਹ ਗਏ ਜੀ ਜਦੋਂ ਬਾਬਾ ਬੋਲਿਆ 4 ਵਜੇ। ਹਾਂਜੀ, ਅਤੇ ਹਥਿਆਰ ਵੀ ਉਹਨਾਂ ਕੋਲ ਹੈਗੇ? ਹਾਂਜੀ, ਕੋਈ ਸਹੀ ਮੌਕੇ? ਹਾਂਜੀ, ਕੋਈ ਸਹੀ ਮੌਕੇ? ਪੁਲਿਸ ਸਵੇਰੇ ਸਾਨੂੰ ਜਦੋਂ ਅਸੀਂ ਖੁੱਲ੍ਹੇ ਨਾ ਉਹ ਵੇਖੋ ਅਤੇ ਫਿਰ ਅਸੀਂ ਫੋਨ ਕੀਤਾ ਸਰਦਾਰ ਨੂੰ, ਫਿਰ ਆਏ। ਉਹ ਕਹਿੰਦੇ ਜੀ ਫੋਨ ਵੀ ਤੁਹਾਡੇ ਰੱਖ ਲਏ ਸੀ ਉਹਨਾਂ ਨੇ? ਸਾਰੇ ਫੋਨ ਪਹਿਲਾਂ ਹੀ ਖੋਲ੍ਹੇ ਜੀ ਸ਼ਾਹ। 7 ਕਿੰਨੇ ਜਾਣੇ ਦੱਸੇ ਜਾ ਰਹੇ? 7 ਜਾਣੇ। ਉਹ ਕਿੰਨੇ ਜਾਣੇ ਸੀ? ਉਹ ਤਾਂ 35-40 ਜਾਣੇ ਉਹਦਾ ਟੱਪ ਕੇ ਆਏ ਸੀ। ਹਾਂਜੀ ਹਾਂਜੀ, ਅਤੇ ਫਿਰ ਕਹਿੰਦੇ ਉਸ ਤੋਂ ਬਾਬੂਆ ਵੀ ਖੋਲ੍ਹਿਆ? ਹਾਂਜੀ ਸਭ ਖੋਲ੍ਹੇ, ਉਹਨਾਂ ਹੀ ਖੋਲ੍ਹੇ, ਕਿਸੇ ਨੇ ਸਾਡੇ ਬੰਦੇ ਨੂੰ। ਆਪਣਾ ਨਾਮ ਦੱਸ, ਕਿੱਥੇ ਸਟੋਰ ਹੈਗਾ ਤੁਹਾਡਾ? ਮੇਰਾ ਨਾਂ ਜੀ ਹੈਪੀ ਅਰੋੜਾ। ਇਹ ਸਟੋਰ ਹੈਗਾ ਜੀ AK Cold ਸਟੋਰ, ਚਬਾਰ ਰੋਡ, ਇਬਨ ਕਲਾਂ। ਕੀ ਗੱਲ ਹੋਈ ਹੈ ਜੀ? ਇਹ ਰਾਤੀ ਕੋਈ 1:30 ਵਜੇ ਬੰਦੇ ਆਏ ਹੈ ਇੱਥੇ, 35 ਤੋਂ 40 ਬੰਦੇ ਤੱਕ, ਜਿਹਨਾਂ ਕੋਲ ਮਤਲਬ 5-7 ਬੰਦਿਆਂ ਕੋਲ ਹਥਿਆਰ ਸੀ ਅਤੇ ਉਹਨਾਂ ਨੇ ਬੰਦਿਆਂ ਨੂੰ ਬੱਦੀ ਬਣਾਇਆ ਅਤੇ ਗੱਡੀ 1 ਟਰੱਕ ਅਤੇ 1 ਮਹਿੰਦਰਾ ਲੋਡ ਕਰਕੇ ਉੱਥੋਂ ਲੈ ਗਏ। ਇਹ ਸਾਨੂੰ 4:00 ਅਤੇ 21 ਮਿੰਟ 'ਤੇ ਬਾਹਰ ਕੈਮਰਿਆਂ ਤੋਂ ਪਤਾ ਲੱਗਾ ਕਿ ਉਹ ਟਰੱਕ ਨਿਕਲਿਆ। ਅਸੀਂ ਸਾਨੂੰ 4:40 ਦੇ ਬੰਦਿਆਂ ਨੇ ਅੰਦਰੋਂ ਆਪਣੇ ਜਿਹੜੇ ਬੰਦੀ ਬਣੇ ਸੀ ਉਹਨਾਂ ਨੇ ਬੂਹੇ ਬੂਹੇ ਤੋੜ ਕੇ ਬਾਹਰ ਆਏ ਅਤੇ ਉਹਨਾਂ ਨੇ ਸਾਨੂੰ ਫੋਨ ਕੀਤਾ। ਅਸੀਂ 4:40 ਅਤੇ 45 ਦੇ ਇੱਥੇ ਪਹੁੰਚ ਗਏ ਸੀ। ਬੰਦੇ 35 ਤੋਂ 40 ਤੱਕ ਗਏ। ਕੀ ਕੀ ਚੋਰੀ ਹੋਇਆ ਜੀ? ਚੋਰੀ ਦੇਖੋ ਜੀ, ਇਹ ਐਸਟੀਮੇਟ ਲੱਗਦਾ ਪਿਆ ਤਕਰੀਬਨ ਕੋਈ 1.5 ਤੋਂ ਲੈ ਕੇ 2 ਕਰੋੜ ਤੱਕ ਨੁਕਸਾਨ
ਹਾਂ ਕਿਹੜੇ ਕਿਹੜੇ ਮਹਿੰਗੇ ਪਦਾਰਥ ਹੈਗੇ ਜਿਹੜੇ ਚੋਰੀ ਹੋਏ? ਮਹਿੰਗੇ ਪਦਾਰਥ ਸਾਰੇ ਹੈ ਜੀ, ਇੱਥੇ ਸਸਤਾ ਪਦਾਰਥ ਕੋਈ ਵੀ ਨਹੀਂ ਗਾ, ਕਿਉਂ ਕਾਜੂ ਹੈ ਅਤੇ ਉਹ ਵੀ ਮਹਿੰਗਾ, ਅੰਜੀਰ ਹੈ ਉਹ ਵੀ ਮਹਿੰਗੀ ਹੈ, ਅਤੇ ਮੈਂ ਕਿਸੇ ਦਾ ਮਤਲਬ ਰੇਟ ਨਹੀਂ ਦੱਸ ਸਕਦਾ, ਕਿਉਂ ਸਾਨੂੰ ਮਤਲਬ ਨਾ ਰੇਟ ਪਾਰਟੀਆਂ ਨੂੰ ਪਤਾ ਹੁੰਦਾ, ਮੈਂ ਤਕਰੀਬਨ ਇੰਨਾ ਨੁਕਸਾਨ ਤਾਂ ਹੈਗਾ ਹੀ ਹੈ, ਇਸ ਤੋਂ ਵੱਧ ਹੋ ਸਕਦਾ ਘੱਟ ਨਹੀਂ। ਕਿੰਨੇ ਵਜੇ ਦਾ ਸਮਾਂ ਦੱਸਿਆ ਜਾ ਰਿਹਾ ਤੁਹਾਡੇ ਬੰਦੇ ਇੱਥੇ ਕਿੰਨੇ ਜਣੇ ਹੁੰਦੇ? ਬੰਦੇ ਸਾਡੇ 7 ਹੈਗੇ ਜੀ। ਉਹ ਹਥਿਆਰਾਂ ਦੇ ਨਾਲ ਆਏ ਸੀ? ਉਹ ਹਥਿਆਰਾਂ ਨਾਲ ਆਏ ਸੀ, 5 ਬੰਦਿਆਂ ਕੋਲ ਹਥਿਆਰ ਹੈਗਾ ਸੀ ਅਤੇ ਬਾਕੀ ਬੰਦਿਆਂ ਕੋਲ ਮਤਲਬ ਉਹਨੇ ਹਥਿਆਰ ਨਹੀਂ ਸੀਗਾ, ਹਥਿਆਰ ਹੋਏਗਾ 5 ਬੰਦਿਆਂ ਕੋਲ, ਉਹਨਾਂ ਨੇ ਵੇਖਿਆ। ਪੂਰਾ ਬੰਦੀ ਬਣਾ ਲਿਆ ਤੁਹਾਡੇ ਬੰਦੇ? ਹਾਂਜੀ ਬੰਦੇ ਬਣਾ। ਕਿੰਨੇ ਵਜੇ ਟਾਈਮ 'ਚ ਬੰਦੀ ਬਣਾਇਆ? 1:30 ਵਜੇ ਅੰਦਰ ਆਏ ਜੀ, ਅਤੇ 4 ਵਜੇ ਦੇ ਕਰੀਬ ਗਏ। ਲੱਗਦਾ ਕਿ ਵੱਡਾ ਘਾਟਾ ਪੈ ਗਿਆ ਜੀ। ਹਾਂਜੀ ਇੱਥੇ ਤਾਂ ਬਹੁਤ ਵੱਡਾ ਘਾਟਾ ਜੀ, ਵਪਾਰੀਆਂ ਦਾ ਮਾਲ ਹੁੰਦਾ, ਵਪਾਰੀ ਸਾਨੂੰ ਭੇਜਦੇ ਆ, ਅਸੀਂ ਰੈਂਟ 'ਤੇ ਉਹਨਾਂ ਦਾ ਮਾਲ ਰੱਖਦੇ ਹਾਂ, ਅਤੇ ਇਸ ਟਾਈਮ ਸਾਨੂੰ ਵੀ ਮਤਲਬ ਵਪਾਰੀ ਵੀ ਸਾਥ ਦੇ ਰਹੇ ਬੜਾ, ਉਹ ਵੀ ਲੱਗੇ ਆ ਕਿ ਕਹਿੰਦੇ ਛੇਤੀ ਤੋਂ ਛੇਤੀ ਫੜੇ ਜਾਣਗੇ। ਪੁਲਿਸ ਮੌਕੇ 'ਤੇ ਪਹੁੰਚੀ? ਪੁਲਿਸ ਹਾਂ, ਪੁਲਿਸ ਗਏ, ਪੁਲਿਸ ਕਮਿਸ਼ਨਰ ਸਾਹਿਬ ਉਹ ਗਏ ਆ। ਸੀ ਸੀ ਟੀ ਵੀ ਸਾਹਮਣੇ ਆਈ ਜੀ? ਸੀ ਸੀ ਟੀ ਵੀ ਕਹਿ, ਤੁਹਾਨੂੰ ਇੱਕ ਫੋਟੋ ਭੇਜੀ ਹੈ ਕਲਿੱਪ, ਗੱਡੀਆਂ ਜਦੋਂ ਬਾਹਰ ਨਿਕਲੀਆਂ ਚੱਕੀ 'ਤੇ। ਕੀ ਮੰਗ ਕਰਦੇ ਹੋ ਤੁਸੀਂ? ਮੰਗ ਕਰਨੀ ਜਲਦੀ ਜਲਦੀ ਚੋਰ ਫੜੇ ਜਾਣ, ਅਤੇ ਦੇਖੋ ਮੈਂ ਤਾਂ ਇਹੋ ਮੰਗ ਕਰਾਂ ਸਾਡਾ ਲੋਕਾਂ ਦਾ ਮਾਲ ਜਿਹੜਾ ਸਸਤੀ ਹੋਏ, ਅਤੇ ਲੱਗਦਾ ਕਿ ਲੋਕ ਤੁਹਾਡੇ 'ਤੇ ਵਿਸ਼ਵਾਸ ਕਰਕੇ ਇੰਨਾ ਮਾਲ ਰੱਖਦੇ ਨੇ। ਲੋਕ ਵਿਸ਼ਵਾਸ ਕਰਦੇ ਆ, ਲੋਕ ਸਾਡੇ 'ਤੇ ਵਿਸ਼ਵਾਸ ਕਰਦੇ ਆ ਅਤੇ ਇੰਨਾ ਮਾਲ ਰੱਖਦੇ ਆ, ਅਤੇ ਬਾਕੀ ਸਾਡਾ ਵੀ ਹੁਣ ਜੇ ਗੌਰਮੈਂਟ ਚਾਹੇ ਅਤੇ ਸਾਥ ਦੇਵੇ ਅਤੇ ਵਿਸ਼ਵਾਸ ਨੂੰ ਪੂਰਾ ਕੰਪਲੀਟ ਹੀ ਰਹੇ ਸਾਰੀ ਉਮਰ।